ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਖਾਸ ਗੱਲਬਾਤ ਕਰਨ ਕੁਲਦੀਪ ਸਿੰਘ ਬੋਜਲ ਜੀ ਦੇ ਨਾਲ, ਜਿਹੜੇ ਸੈਕਟਰੀ ਜਨਰਲ ਹੈਗੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ, ਔਰ ਉਹਦੇ ਨਾਲ ਉਹ ਪ੍ਰੈਜ਼ੀਡੈਂਟ ਹੈਗੇ ਆਲ ਇੰਡੀਆ ਰਾਇਟ ਵਿਕਟਿਮਸ ਕਮੇਟੀ 1984 ਦੇ। ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਲੇਟੈਸਟ ਡਿਵੈਲਪਮੈਂਟ ਚੱਲ ਰਹੀਆਂ ਇੱਥੇ। ਅਤੇ ਵੀਰ ਜੀ, ਪਹਿਲਾਂ ਤੁਹਾਡੇ ਕੋਲੋਂ ਸਵਾਲ ਹੈ ਕਿ ਸੱਜਣ ਕੁਮਾਰ ਨੂੰ, ਜਿਨ੍ਹਾਂ ਨੂੰ ਲੇਟੈਸਟਲੀ ਬੇਲ ਮਿਲੀ ਹੈ, ਅਤੇ ਉਹਦੇ ਨਾਲ ਜਗਦੀਸ਼ ਟਾਈਟਲਰ ਦਾ ਵੀ ਜਿਹੜਾ ਕੇਸ ਚੱਲ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸੱਜਣ ਕੁਮਾਰ ਦੀ ਜਿਹੜੀ ਬੇਲ ਹੋਈ ਹੈ ਨਾ, ਇਹਦੇ ਨਾਲ ਪੂਰੇ ਜਿੱਥੇ ਜਿੱਥੇ ਸਾਡਾ ਗੁਰੂ ਦਾ ਸਿੱਖ ਬੈਠਾ ਹੈ, ਗੁਰੂ ਨਾਨਕ ਨਾਮ ਲੇਵਾ ਬੈਠਾ ਹੈ, ਉਹਦੇ ਮਨ 'ਤੇ ਬੜੀ ਵੱਡੀ ਠੇਸ ਲੱਗੀ ਹੈ। ਔਰ ਦੰਗਾ ਪੀੜਿਤ ਜਿਨ੍ਹਾਂ ਨੇ ਗਵਾਹੀਆਂ ਦਿੱਤੀਆਂ ਹਨ, ਉਹਨਾਂ ਦੇ ਜ਼ਖਮਾਂ ਦੇ ਉੱਤੇ ਮੈਂ ਕਹਿੰਦਾ ਜੀ, ਥੋੜ੍ਹਾ ਨਿਮਕ ਨਹੀਂ, ਬਹੁਤ ਨਿਮਕ ਲਗਾਇਆ ਜਿਹਨਾਂ ਉਹਨਾਂ ਦੇ ਨਾਲ, ਉਹਨਾਂ ਦੀਆਂ ਚੀਕਾਂ ਔਰ ਉਹਨਾਂ ਦੇ ਅੱਥਰੂ ਨਿਕਲੇ ਆ, ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਗਰ ਸੱਜਣ ਕੁਮਾਰ ਦੀ ਇਹ ਜਿਹੜੀ ਬੇਲ ਹੋਈ ਹੈ ਇਹਨੂੰ ਰੋਕਿਆ ਜਾਏ। ਸਰਕਾਰ ਰੋਕੇ, ਦਿੱਲੀ ਗੁਰਦੁਆਰਾ ਕਮੇਟੀ ਜੋ ਵਕੀਲ ਸੀ ਉਹ ਵਕੀਲ ਠੀਕ ਸੀ ਕੀ ਸੀ, ਕਿਉਂ ਨਹੀਂ ਹੋਇਆ, ਇਹਨਾਂ ਨੇ ਕਿਉਂ ਨਹੀਂ ਸੰਗਿਆਨ ਲਿਆ ਉਹਨਾਂ ਦਾ ਵਕੀਲਾਂ ਕੋਲੋਂ ਪਹਿਲੇ, ਜਦ ਗਵਾਹਾਂ ਹੋ ਰਹੀਆਂ ਸੀ ਵਕੀਲਾਂ ਦੇ ਨਾਲ ਮੀਟਿੰਗ ਕਿਉਂ ਨਹੀਂ ਕੀਤੀ ਗਈ, ਬਾਈ ਤੁਸੀਂ ਕੀ ਕਰੋਗੇ, ਇਹਦੀ ਬੇਲ ਨਹੀਂ ਹੋਣੀ ਚਾਹੀਦੀ। ਮਗਰ ਬੇਲ ਜਦ ਅਸੀਂ ਸੁਣਿਆ, ਮੇਰੇ ਵੀ ਅੱਥਰੂ ਨਿਕਲੇ, ਬਾਈ ਦੇਖੋ ਅਸੀਂ ਅੱਜ 38 ਸਾਲ ਹੋ ਗਏ ਹਨ, ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਸੰਸਦ ਦੇ ਅੰਦਰ, ਦੇਸ਼ ਦੀ ਸੰਸਦ ਦੇ ਬਾਹਰ, ਭਾਵੇਂ ਸੁਖਬੀਰ ਸਿੰਘ ਬਾਦਲ ਹੋਣ, ਭਾਵੇਂ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਇਹ ਲੜਾਈ ਅੰਦਰ ਵੀ ਲੜੀ, ਬਾਹਰ ਵੀ ਲੜੀ। ਦੰਗਾ ਪੀੜਿਤ ਰਾਹਤ ਕਮੇਟੀ ਨੇ ਵੀ ਇਹ ਲੜਾਈ ਨੂੰ ਲੜਿਆ, ਸੱਜਣ ਕੁਮਾਰ ਦੀ ਔਰ ਜਗਦੀਸ਼ ਟੈਟਲਰ ਦੀ। ਮੈਂ ਕਹਿੰਦਾ ਜੀ, ਇੱਕ ਜਾਨਵਰ ਵੀ ਮਰਦਾ ਹੈ ਨਾ, ਅਤੇ ਉਹਦਾ ਜਿਹੜਾ ਮਾਲਕ ਹੈ, ਜੇ ਕੁੱਤਾ ਵੀ ਮਰ ਜਾਏ ਤਾਂ ਉਹ ਮਾਲਕ ਜਿਹੜਾ ਨਾ ਉਹਨੂੰ ਲਿਆਉਂਦਾ ਹੈ, ਉਹਦੇ 'ਤੇ ਕੱਪੜਾ ਪਾਉਂਦਾ ਹੈ, ਉਹ ਰੋਂਦਾ ਹੈ। ਇਹ ਤਾਂ ਇਨਸਾਨ ਸੀ, ਇਹ ਤਾਂ ਉਹਨਾਂ ਧੀਆਂ ਭੈਣਾਂ ਸੀ, ਉਹ ਭਰਾ ਸੀ, ਮਾਤਾਵਾਂ ਸੀ, ਪਿਓ ਸੀ, ਜਿਨ੍ਹਾਂ ਨੂੰ ਜਿੰਦਾ ਜਲਾਇਆ ਗਿਆ, ਜਿਨ੍ਹਾਂ ਨੂੰ ਰੇਲ ਦੀ ਪਟੜੀ 'ਤੇ ਉਤਾਰ ਉਤਾਰ ਕੇ ਉਹਨਾਂ ਨੂੰ ਮਾਰਿਆ ਗਿਆ, ਔਰ ਉਹਨਾਂ ਦਾ ਜੋ ਹਾਲ ਕੀਤਾ ਗਿਆ। ਅੱਜ ਸਾਡਾ ਜਿਹੜਾ ਇਹ ਜਿਹੜਾ ਅੱਥਰੂ ਨਿਕਲਦੇ ਹਨ ਕਿ ਸੱਜਣ ਕੁਮਾਰ ਨੂੰ ਛੋੜਨਾ ਹੀ ਗੁਨਾਹ ਹੈ। ਇਹ ਸਰਕਾਰ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਮੋਦੀ ਸਰਕਾਰ ਹੈ, ਇਹ ਜੋ ਕੁਛ ਹੋਇਆ ਇਹ ਗਲਤ ਹੋਇਆ। ਅਸੀਂ ਮੰਨਦੇ ਹਾਂ ਕਿ ਜਿਹੜਾ ਕੋਰਟ ਹੈਗੀ ਹੈ, ਕੋਰਟ ਦੀ ਅਸੀਂ ਕਦੇ ਵੀ ਕੋਰਟ ਦੀ ਹਵਾਲਾ ਨਹੀਂ ਕੀਤੀ। ਅਸੀਂ ਕਹਿੰਦੇ ਹਾਂ ਸਹੀ ਹੈ, ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਹ ਸਾਡੇ ਸਿਰ ਮੱਥੇ 'ਤੇ। ਮਗਰ ਇਸ ਮਾਮਲੇ ਦੇ ਵਿੱਚ ਜਿਸ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਛ ਕੁਰਬਾਨ ਕੀਤਾ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਇਹ ਬਣਾਏ ਖਾਲਸੇ ਦੀ ਸਥਾਪਨਾ ਕੀਤੀ, ਤਦ ਕਿਹਾ ਸੀ ਕਿ ਮੈਂ ਦੂਰੋਂ ਨਾ ਇਹ ਪਛਾਣ ਹੋ ਜਾਏਗੀ ਖਾਲਸੇ ਦੀ। ਉੱਥੇ ਉਸ ਟਾਈਮ ਕੀ ਹੁੰਦਾ ਸੀ, ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਮੁਸਲਮਾਨ। ਅੱਜ ਜੋ ਸਾਡੇ ਨਾਲ ਹੋ ਰਿਹਾ, ਇਹ ਸੱਜਣ ਕੁਮਾਰ ਜਿਹੜਾ ਹੈ ਕਿਸੇ ਕੀਮਤ 'ਤੇ ਵੀ ਇਹ ਅੰਦਰ ਜਾਣਾ ਚਾਹੀਦਾ। ਅਗਰ ਇਹ ਨਹੀਂ ਗਿਆ ਅਤੇ ਇਸ ਆਵਾਜ਼ ਨੂੰ ਅਸੀਂ ਫਿਰ ਬੁਲੰਦ ਕਰਾਂਗੇ, ਭਾਵੇਂ ਪਾਰਲੀਮੈਂਟ ਦੇ ਅੰਦਰ, ਪਾਰਲੀਮੈਂਟ ਦੇ ਬਾਹਰ, ਅਸੀਂ ਸੜਕਾਂ 'ਤੇ ਧਰਨੇ ਦਿਆਂਗੇ। ਅਸੀਂ ਇਹੀ ਸਮਝਾਂਗੇ ਜਿੱਥੇ 40 ਸਾਲ ਹੋ ਗਏ ਉੱਥੇ ਹੋਰ 2 ਸਾਲ ਲੱਗ ਜਾਣ, ਮਗਰ ਸੱਜਣ ਕੁਮਾਰ ਵਰਗਾ ਬੰਦਾ, ਪਾਪੀ, ਇੱਕ ਨੰਬਰ ਦਾ ਡੌਗ, ਜਿਹਨੇ ਕਹਿ ਕਹਿ ਕੇ ਕਿਹਾ ਸਰਦਾਰ ਯਾਰ ਰਹਿਤਿਆ, ਜਿੱਥੇ ਇਹ ਰਹਿੰਦਾ ਸੀ, ਜਿੱਥੇ ਇਹਦਾ ਲੋਕ ਸਭਾ ਦੀ ਉਹ ਸੀਟ ਸੀ, ਉੱਥੇ ਜਾ ਕੇ ਜਿਹੜੇ ਗੁਰਦੁਆਰੇ ਸੀ, ਇਹਨੇ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ। ਮੈਂ ਕਹਿੰਦਾ ਸੱਚੇ ਪਾਤਸ਼ਾਹ ਇਸ ਨੂੰ ਐਸੀ ਸਜ਼ਾ ਦੇ ਕਿ ਆਉਣ ਵਾਲਾ ਇਤਿਹਾਸ ਜਿਹੜਾ ਹੈਗਾ ਇਹਨੂੰ ਕਦੇ ਨਾ ਮਾਫ਼ ਕਰ ਸਕੇ। ਮੈਂ ਸਰਕਾਰ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦਾ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਹ ਜੋ ਕੁਛ ਹੋਇਆ ਇਹ ਗਲਤ ਹੋਇਆ, ਬੇਸ਼ੱਕ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਕੇ ਜਾਏ, ਦਿੱਲੀ ਗੁਰਦੁਆਰਾ ਕਮੇਟੀ ਲੈ ਕੇ ਜਾਏ, ਅਕਾਲੀ ਦਲ ਲੈ ਕੇ ਜਾਏ, ਇਹ ਜ਼ਰੂਰ ਲੈ ਕੇ ਜਾਵਾਂਗੇ, ਔਰ ਇਸਨੂੰ ਸੱਜਣ ਕੁਮਾਰ ਦੀ ਜੋ ਬੇਲ ਹੈ ਉਹ ਕੈਂਸਲ ਕਰਵਾਵਾਂਗੇ, ਔਰ ਇਹਨੂੰ ਕਿਸੇ ਕੀਮਤ 'ਤੇ ਵੀ ਅਸੀਂ ਬਾਹਰ ਨਹੀਂ ਨਿਕਲਣ ਦੇਵਾਂਗੇ। ਅਤੇ ਜਗਦੀਸ਼ ਟੈਟਲਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਗਦੀਸ਼ ਟੈਟਲਰ ਦਾ ਜਿਹੜਾ ਮਾਮਲਾ ਸੀ ਉਹ ਇੱਥੇ ਸਬਜ਼ੀ ਮੰਡੀ ਦੇ ਕੋਲ ਹੈਗਾ, ਗੁਰਦੁਆਰਾ ਜਿਹੜਾ ਫਿਲਮਿਸਤਾਨ ਦੇ ਕੋਲ, ਉੱਥੇ ਦਾ ਇਹ ਮਾਮਲਾ ਸੀ। ਉਹਦੇ ਵਿੱਚ ਵੀ ਜਗਦੀਸ਼ ਟੈਟਲਰ ਗੁਨਾਹਗਾਰ ਸੀ, ਜਗਦੀਸ਼ ਟੈਟਲਰ ਨੇ ਵੀ ਬੰਦੇ ਮਰਵਾਏ, ਔਰ ਉੱਥੇ ਉਦੋਂ ਉਹਨਾਂ ਨੇ ਕਿਹਾ ਸੀ ਗੁਰਦੁਆਰੇ ਦੇ ਬਾਹਰ ਕਿ ਇਹ
ਇਹਨਾਂ ਨੂੰ ਜਲਾਇਆ ਜਾਏ, ਇਹਨਾਂ ਨੂੰ ਮਾਰਿਆ ਗਏ। ਇਹ ਹੁਣ ਜਗਦੀਸ਼ ਟੈਕਟਰ ਜੋ ਮਰਜ਼ੀ ਕਹਿੰਦਾ ਰਹੇ ਕਿ ਮੈਂ ਕੁਛ ਨਹੀਂ ਕੀਤਾ, ਇਹ ਕੀਤਾ ਇਹਨਾਂ ਨੇ ਕੀਤਾ। ਕਮਲਨਾਥ ਜਿਹੜਾ ਹੈਗਾ ਸੀ ਆ ਇੱਥੇ ਅੱਗ ਲਗਾ ਗਿਆ, ਇੱਥੇ ਬੰਦੇ ਸੀ, ਇੱਥੇ ਵੀ ਬੰਦੇ ਮਰੇ ਨੇ ਜਿੱਥੇ ਅਸੀਂ ਅੱਜ ਬੈਠੇ ਹਾਂ ਰਕਾਬਗੰਜ, ਅਸੀਂ ਉਹਦੇ ਵਾਸਤੇ ਵੀ ਕੀਤਾ। ਹੁਣ ਜਿਹੜਾ ਜਬਲਪੁਰੇ ਮੱਧਿਆ ਪ੍ਰਦੇਸ਼ ਉੱਥੇ 60 ਬੰਦੇ ਮਾਰੇ ਗਏ ਸੀ ਔਰ ਭੈਣਾਂ ਦੇ ਹੀ ਰੇਪ ਹੋਏ ਸੀ, ਅਤੇ ਉਹ ਜਿਹੜੀ ਮਾਂ ਸੀ ਉਹਨੇ ਸਾਫ਼ ਕਿਹਾ ਸੀ ਉਹਨਾਂ ਦੇ ਸਾਰੇ ਕਾਗਜ਼ ਜੋ ਹੈਗੇ ਹਨ ਅਸੀਂ ਤੁਹਾਨੂੰ ਦੇਵਾਂਗੇ। ਉਹ ਵੀ ਮਾਮਲਾ ਹੈਗਾ, ਕਿਉਂਕਿ ਮੈਂ ਉਸ ਟਾਈਮ ਗੱਲ ਵੀ ਕੀਤੀ ਸੀ ਉੱਥੇ ਦੇ ਸੀ ਐੱਮ ਨਾਲ, ਉਹਨੇ ਕਿਹਾ ਜੀ ਹਮ ਇਸਕੋ ਨਹੀਂ ਕਰ ਸਕਤੇ, ਉਹ ਕਾਂਗਰਸ ਜੋ ਹੈ ਹਮਾਰੇ ਸਾਥ ਹੈ, ਉਹ ਨਹੀਂ ਕਰਨੇ ਦੇਗੀ, ਅਸੀਂ ਚੁੱਪ ਕਰਕੇ। ਮੈਂ ਕਿਹਾ ਜਦ ਕੋਈ ਸਰਕਾਰ ਆਏਗੀ BJP ਦੀ ਫਿਰ ਗੱਲ ਕਰਾਂਗੇ। ਹੁਣ ਉਹ ਫਿਰ ਕਾਨਪੁਰ ਦਾ ਮਾਮਲਾ ਲੈ ਲਓ, ਕਾਨਪੁਰ ਦੇ ਵਿੱਚ ਕਿਤਨੇ ਬੰਦੇ ਅਸੀਂ ਅੰਦਰ ਗਏ, ਉਸ ਤੋਂ ਬਾਅਦ ਜਿਹੜੇ ਗੁਨਾਹਗਾਰ ਹੈਗੇ, ਜਿਹੜੇ ਮਾਸਟਰ ਮਾਇੰਡ ਕੁਸ਼ਵਾਹ ਦਾ ਜਿਹੜਾ ਚਾਚਾ ਸੀ, ਇਹ ਕਾਂਗਰਸ ਦੇ ਟਾਈਮ 'ਤੇ ਮਨਿਸਟਰ ਹੈਗਾ ਸੀ, ਇਹ ਉਹਦਾ ਭਤੀਜਾ ਹੈ। ਉਹਨੇ ਤਾਂ ਜੋ ਕੀਤਾ ਉਸ ਟਾਈਮ ਕੀਤਾ, ਨਾਲ ਇਹ ਭਤੀਜੇ ਨੇ ਵੀ ਉਸ ਟਾਈਮ ਕੀਤਾ, ਮਾਰ ਮਾਰ ਕੇ ਬੰਦੇ 3 ਮੰਜ਼ਿਲ ਤੋਂ ਥੱਲੇ ਸੱਟੇ ਗਏ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ। ਇਹ ਭਾਈ ਬੰਨੋ ਸਾਹਿਬ ਦਾ ਜਿਹੜਾ ਗੁਰਦੁਆਰਾ ਕਾਨਪੁਰ ਦੇ, ਇੱਥੇ ਲੋਕਾਂ ਨੇ ਸ਼ਰਨ ਲਈ ਸੀ, ਇੱਥੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ, ਮਗਰ ਗੁਰੂ ਮਹਾਰਾਜ ਨੇ ਇਹ ਹੋਣ ਨਹੀਂ ਦਿੱਤਾ। ਉੱਥੇ 122 ਲੋਕ ਮਾਰੇ ਗਏ ਸੀ। ਅੱਜ ਪੁਜੀਸ਼ਨ ਇਹ ਹੈ, ਕੱਲ੍ਹ ਸਾਡੀ ਡੇਟ ਹੈਗੀ ਸੀ, ਉਹਨਾਂ ਨੇ ਸੁਪਰੀਮ ਕੋਰਟ ਨੇ ਆਪਣਾ UP ਸਰਕਾਰ ਨੂੰ ਅਤੇ ਸੈਂਟਰ ਗੌਰਮੈਂਟ ਨੂੰ ਕਿਹਾ ਸਟੇਟਸ ਰਿਪੋਰਟ ਦਿੱਤੀ ਜਾਏ। ਪਹਿਲੇ ਇੱਕ ਮਹੀਨਾ ਪਹਿਲੇ ਵੀ ਇੱਕ ਡੇਟ ਪਈ ਸੀ, ਹੁਣ ਉਹਨਾਂ ਨੇ ਕਿਹਾ ਹੈ ਕਿ ਇਸ 11ਵੇਂ ਮਹੀਨੇ ਦੇ ਵਿੱਚ ਤੁਸੀਂ ਇੱਕ ਸਾਨੂੰ ਜੋ ਐਗਜੈਕਟ ਉਹ ਰਿਪੋਰਟ ਹੈ ਉਹ ਸਾਨੂੰ ਦਿੱਤੀ ਜਾਏ, ਉਹਦੇ 'ਤੇ ਅਸੀਂ ਐਕਸ਼ਨ ਲਵਾਂਗੇ ਕਿ ਇਹ ਬੰਦਾ ਕਿੱਥੇ ਭੱਗਿਆ। ਕਦੇ ਹੁੰਦਾ ਜੀ ਜਿੱਥੇ ਬੰਦਾ ਰਹਿੰਦਾ ਹੋਵੇ ਉਹ ਭੱਗਿਆ ਰਹੇ, ਅੱਜ ਸਾਲ ਤੋਂ ਉੱਤੇ ਹੋਇਆ, 3 ਸਾਲ ਹੋ ਗਏ SIT ਨੂੰ। ਫਿਰ SIT ਇਹਨਾਂ ਨੇ ਕੀਤਾ ਕਿ ਇਹ ਆਪਣੇ ਆਪ ਬੰਦ ਕਰਤੀ, ਸਾਡੇ ਕੋਲ ਹਰ ਗੱਲ ਪੁੱਛਦੇ ਸੀ, SIT ਲਾਗੂ ਹੋ ਗਈ ਹੈ 3 ਮਹੀਨੇ ਕੇ ਲੀਏ, 6 ਮਹੀਨੇ ਕੇ ਲੀਏ, ਅਸੀਂ ਕਹਿੰਦੇ ਸੀ ਠੀਕ ਹੈ। ਜਦ SIT ਬੰਦ ਕੀਤੀ ਸਾਨੂੰ ਨਹੀਂ ਪੁੱਛਿਆ, ਅਸੀਂ ਗਏ ਉਹਦੇ ਕੋਲ, ਉਹ ਕਹਿੰਦਾ ਜੀ ਹਮੇ ਤੋਂ ਪਤਾ ਹੀ ਨਹੀਂ, ਬਾਅਦ ਮੈਂ ਪਤਾ ਚਲਾ, ਇਹ ਤਾਂ ਸਰਕਾਰ ਨੇ ਕੀਆ। ਮੈਂ ਕਿਹਾ ਕੌਣ ਸੀ ਸਰਕਾਰ? ਕਹਿੰਦਾ UP ਸਰਕਾਰ। ਅਸੀਂ ਚਿੱਠੀ ਪਾਈ, ਮੈਂ ਚਿੱਠੀ ਪਾਈ ਦੰਗਾ ਪੀੜਿਤ ਰਾਹਤ ਕਮੇਟੀ, ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ, ਸਰਕਾਰ ਨੇ ਜਵਾਬ ਨਹੀਂ ਦਿੱਤਾ। ਇੱਥੇ ਮੈਂ ਅਮਿਤ ਸ਼ਾਹ ਜੀ ਨੂੰ ਕਹਿ ਕੇ ਆਇਆ ਜੀ ਐਸੇ ਹੋਇਆ, ਉਸ ਤੋਂ ਬਾਅਦ ਕੋਈ ਜਵਾਬ ਨਹੀਂ ਆਇਆ। ਬੰਦਾ ਭੱਗਿਆ ਪਿਆ, 12-13 ਬੰਦੇ, 14 ਹੋਰ ਹੈਗੇ ਨੇ, ਹੋਰ ਬੰਦੇ ਜਦ ਜੇਲ੍ਹ ਦੀਆਂ ਸਲਾਖਾਂ 'ਚ ਜਾਣਗੇ, ਕੁਛ ਮਰ ਵੀ ਗਏ ਨੇ, ਕਈਆਂ ਨੇ ਜ਼ਮਾਨਤ ਕਰਵਾ ਲਈ ਜੀ, ਇਹਨਾਂ ਨੇ ਕਿਹਾ ਜੀ ਇਹ 80 ਸਾਲ ਦਾ, 85 ਸਾਲ ਦਾ, ਇਸ ਵਜ੍ਹਾ ਨਾਲ। ਮਗਰ ਇੱਕ ਗੱਲ ਦੱਸ ਦਈਏ, ਕਿਉਂਕਿ ਸਾਡੇ ਨਾਲ ਇਨਸਾਫ ਨਹੀਂ ਹੋਇਆ, ਇਹ ਵੀ ਕਾਲੇ ਅਕਸ਼ਾਂ ਜਿਹੜੇ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ, ਅਗਰ ਹਮ ਸੱਤਾ ਮੇ ਆਏ ਫੁੱਲ ਫਲੈਸ਼ ਮੇ, ਹਮ ਇਨ ਦੋਸ਼ੀਓ ਕੋ ਕਭੀ ਵੀ ਨਿਕਲਨੇ ਨਹੀਂ ਦੇਂਗੇ, ਔਰ ਇਹ ਦੇਸ਼ ਕੇ ਇਤਿਹਾਸ ਮੇ ਕਾਲੇ ਅਕਸ਼ਰੋਂ ਮੇ ਲਿਖਾ ਜਾਏਗਾ। ਮੋਦੀ ਸਾਹਿਬ ਤੁਸੀਂ ਗੱਲ ਜਿਹੜੀ ਹੈਗੀ ਹੈ, ਅਟਲ ਬਿਹਾਰੀ ਵਾਜਪਾਈ ਸਾਹਿਬ ਜੀ ਇਹ ਪਾਰਲੀਮੈਂਟ ਦੇ ਵਿੱਚ ਕਿਹਾ ਸੀ, ਤੁਸੀਂ ਉਹਨੂੰ ਸੁਣੋ। ਉਹਨਾਂ ਨੇ ਕਿਹਾ ਸੀ ਜਦ ਅਸੀਂ ਫੁੱਲ ਫਲੈਸ਼ ਆਵਾਂਗੇ ਅਤੇ ਇਹਨਾਂ ਨੂੰ ਬਿਲਕੁਲ ਜੇਲ੍ਹ ਦੀਆਂ ਸਲਾਖਾਂ 'ਚ ਭੇਜਾਂਗੇ ਔਰ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ, ਇਹ ਵਾਜਪਾਈ ਸਾਹਿਬ ਨੇ ਕਿਹਾ ਸੀ। ਅੱਜ ਤੁਸੀਂ ਦੇਖੋ ਇਹਨਾਂ ਦੀ ਜ਼ਮਾਨਤ ਕਿਉਂ ਹੋਈ ਹੈ, ਜ਼ਮਾਨਤ ਨਹੀਂ ਹੋਣੀ ਚਾਹੀਦੀ ਸੀ ਇਹਨਾਂ ਦੀ। ਇਹਨਾਂ ਜਿਹੜੀਆਂ ਵਿਧਵਾਵਾਂ ਨੇ ਉਹਨਾਂ ਨੇ ਗਵਾਹੀਆਂ ਦਿੱਤੀਆਂ ਹਨ, ਉਹਨਾਂ ਦੇ ਭਰਾ, ਉਹਨਾਂ ਦੇ ਪੁੱਤਰ, ਉਹਨਾਂ ਦੇ ਪਿਤਾ, ਉਹਨਾਂ ਦੀਆਂ ਮਾਤਾਵਾਂ ਮਰ ਗਈਆਂ ਸੀ ਅਤੇ ਗਵਾਹੀਆਂ ਦਿੱਤੀਆਂ। 40 ਸਾਲ ਹੋ ਗਏ ਸਾਨੂੰ ਗਵਾਹੀਆਂ ਦਿੰਦੇ, ਇੱਕ ਵਾਰ ਨਹੀਂ ਕਈ ਵਾਰ ਗਵਾਹੀਆਂ ਦਿੱਤੀਆਂ। ਇਹ ਸੱਜਣ ਕੁਮਾਰ ਦੀ ਫਾਈਲ ਜਿਹੜੀ ਹੈ ਦੁਬਾਰਾ ਖੁੱਲ੍ਹੀ ਹੈ, 300 ਫਾਈਲ 2014 ਦੇ ਵਿੱਚ ਜਦ ਤੁਹਾਡੀ ਸਰਕਾਰ ਆਈ, ਰਾਜਨਾਥ ਸਿੰਘ ਜੀ ਨੇ ਇਹ ਫਾਈਲਾਂ ਖੋਲ੍ਹੀਆਂ ਸੀ, ਉਹਦੇ 'ਚ ਸੱਜਣ ਕੁਮਾਰ ਫਿਰ ਅੜੇਕੇ 'ਚ ਆਇਆ ਅਤੇ ਤਦ ਇਹ ਫਿਰ ਉੱਥੇ ਜੇਲ੍ਹ ਦੀਆਂ ਸਲਾਖਾਂ 'ਚ ਗਿਆ। ਵੀਰ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਦੱਸਿਆ ਜਬਲਪੁਰ ਦੇ ਬਾਰੇ ਵਿੱਚ, ਬੋਕਾਰੋ ਦੇ ਬਾਰੇ ਵਿੱਚ, ਸਟਾਨਪੁਰ ਦੇ ਬਾਰੇ ਵਿੱਚ, ਅਤੇ ਅਗਰ ਇਸ ਤਰੀਕੇ ਦੀ ਪ੍ਰਤੀਕਿਰਿਆ ਦਿੱਲੀ ਦੇ ਵਿੱਚ ਹੋ ਰਹੀ ਹੈ, ਕੈਪੀਟਲ ਹੈ, ਐਪੀ ਸੈਂਟਰ ਸੀ ਜਿੱਥੋਂ ਇਹ ਸਾਰਾ ਦੰਗਾ ਸ਼ੁਰੂ ਹੋਇਆ, ਸਾਰੀ ਮਾਰਕਾਟ ਸ਼ੁਰੂ ਹੋਈ, ਅਤੇ ਅੱਜ ਅਗਰ 40 ਸਾਲ ਬਾਅਦ ਵੀ ਸੱਜਣ ਕੁਮਾਰ ਨੂੰ ਇਸ ਤਰੀਕੇ ਦੀ ਬੇਲ ਮਿਲ ਰਹੀ ਹੈ, ਅਤੇ ਬਾਕੀ ਜਗ੍ਹਾ ਦੇ ਵਿੱਚ ਜਿਹੜੇ ਵਿਕਟਮਸ ਔਰ ਵਿਟਨੈਸਿਸ ਹੈ, ਉਨ ਸਭ ਦੀ ਇਹ ਪਰਿਵਾਰਾਂ ਦੇ ਉੱਤੇ ਮਾਨਸਿਕਲੀ ਕੀ ਅਸਰ ਪੜੇਗਾ ਇਹ ਚੀਜ਼ਾਂ ਨੂੰ ਦੇਖਦੇ ਹੋਏ ਕਿ ਬਈ ਦਿੱਲੀ ਦੇ ਵਿੱਚ ਵੀ ਨਹੀਂ ਹੋ ਪਾ ਰਿਹਾ ਅਤੇ ਇੱਥੇ ਕਿੱਦਾਂ ਹੋਏਗਾ? ਦੇਖੋ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ,
हरिंदर सिंह बब्बू जो जबलपुर विच रहिंदे बीजेपी दे बंदे हैगे, उन्हां दे पिता उन्हां दे चाचा नूं 84 दे विच जिंदा जलाया गया। उस तो बाद जद असी 300 फाइलां जिहड़ियां सी जबलपुर विच जिहड़े लोग आंदे घर जल गए सी, लोगों दियां प्रॉपर्टी लुटी गई सी, उन्हां दे केस सी। मैं ये गल श्री अमित शाह नूं कही सी, अमित शाह जी खुद चल के जबलपुर गए। उस तो बाद उत्थे दे मुख्यमंत्री ओ उत्थे पहुँचे, उस तो बाद गवर्नर जिहड़े सी उत्थे पहुँचे, श्रोमणी अकाली दल दे प्रधान सरदार सुखबीर सिंह बादल पहुँचे, हरसिमरत कौर बादल पहुँचे, उस टाइम मनजीत सिंह पहुँचे, ये सारे उत्थे जद पहुँचे असी उत्थे कहा जी साढ़े नाल ते बड़ा वितगा, हुण तुहाडा ही मिनिस्टर जिहड़ा हैगा इहदे फादर ते चाचा जिंदे जलाए गए, उन्हां नूं अज तक इंसाफ नहीं मिलिया, उन्हां दे कातलां नूं और जिहड़े बंदे जिन्हां दे नुकसान होए हन उन्हां नूं ओह नहीं मिलिया मुआवजा। मगर उन्हां ने उत्थे 2-2.5 महीने बाद मुआवजा भी दे दिता, जिहड़े दोषी हन ओह भी जेल दियां सलाखां विच गए। ते गल ते साफ हैगी है, ओह मिनिस्टर सी तद नहीं, ओह बाद विच ओह मिनिस्टर उतर गया, उस तो पहले उहदा भी असी गए लै के अमित शाह नूं उत्थे कम साडा हो गया। जिहड़ी दूसरी जगह है अपनी बुखारो, बुखारो दे विच देखो साडा 40 साल हो गए। मैं आप नूं भी वीडियो दसी सी जिहदे च 3 भैणां जिहड़ियां सी जिन्हां दी शादी नहीं होई सी उन्हां दा रेप किया गया और माँ उन्हां दी चीकां मार दी, अंदरों देख रही है कि मैं अगर बाहर गई तो मैनू भी मार देंगे, वो देख रही है कि मैं अपनी बच्चियां, उन्होंने मैनू वीडियो भेजी सी और जेड़े उत्थे जिन्होंने जेड़े मैनू मिले सी वह इस टाइम मोहाली जा गए, उन्हों की 89% उम्र है, उम्र है एज हैगी है। उन्होंने मैनू कहा एक होर भंडारी साहब है जेड़े उत्थे रहिंदे, मैं फिर पर उत्थे दे मंत्री नूं चीफ सैकटरी नूं टैलीफोन किया, इत्थे तलक मैं जिहड़ा CM है कि उन्होंने ये गल कही कि आपके पिता बंगला साहब के सामने रहते थे और उस टाइम पहले, और आप अब मिनिस्टर वो बने हैं, CM बने हैं, आपको चाहिए ये गुरु का सिख जो है जिसको जिंदा जलाया गया, बहन बेटियों की इज्जत हुई, और 60 लोग हैं हमारे पास, सारे सबूत हैं हमारे पास, FIR जो है वो है उसमें सब कुछ लिखा हुआ है, मगर आपने क्यों नहीं किया 60 साल में, ये भी हम लेके आए जैसे कानपुर का लेके आया, ऐसे किसी ने ये पता ही नहीं किसी को कि 60 बंदा मर गया, ये हकीकत है। और वो बंदा कहता कहता मैं रोंदा, 89 साल का बंदा है बुखा उत्थे है पंजाब विच मोहाली दे विच, कहिंदा इह ते मैनूं पता चलिया कुलदीप सिंह भोगल ने 84 दा कानपुर दे बंदे अंदर करवाते, मैनूं उहने बुलाया, सारे कागज़ उहने दिते, एक बंदा होर बैठा उत्थे मैं उहदा नां नहीं लैणा दिंदा उहदे कोल, उह कहिंदा मैं बिल्कुल कहांगा, और जिहड़ियां उह उहदे मावां ते मासी उह ते जिहड़ी वीडियो है उहदे साफ हो जांदा कि इहनां ने की कीता, उहनां नूं बाद विच मार दित्ता, जिंदा जला दित्ता, उन्होंने भगा पकड़ गए। और पुलिस वालिया ने सब तो वड्डी गल ये कि पुलिस वाले मिले हुए सी नाल, उन्होंने भी रेप किया, मगर इस देश दे विच फिर की होया, रेलों में तुसी बंदे मारे और फौजी बंदे जेड़े देश की रक्षा करते हैं और उन्होंने तुसी उतार उतार के निजामुद्दीन होवे भावें नई दिल्ली स्टेशन तो पिछे का इलाका होवे उत्थे, और उस तो बाद UP दे विच तुसी इया जे बंदियां फौजियां बजुर्गों धियां भैणों ला ला के मारा गया, ये साढ़े इत्थे लिखा पाया दिल के उत्ते, ये गुरु महाराज ये बख्शिश करनगे, इहे जे बंदे अंदर जाणगे, सज्जन कुमार ते हर कीमत ते और ना जगदीश टैक्टर जाना चाहिए। उस तो बाद इन्हां दे करांगे जिहड़ा हैगा जबलपुर का मामला, उत्थे 60 बंदे आ बिल्कुल जावांगे, भावें सानूं ये मारन कुट्टन जां सानूं असी अकाली दल जो है और दंगा पीड़ित राज कमेटी इस मामले में ही देश की संसद के अंदर चलाएगी।
ਤੇ ਵੀਰ ਜੀ ਜਿਹੜਾ ਹੁਣ ਲੇਟੈਸਟ ਇਸ਼ੂ ਚੱਲ ਰਿਹਾ ਇੰਟਰਨੈਸ਼ਨਲੀ ਬੜੀ ਲਾਈਮਲਾਈਟ ਵਿੱਚ ਦੁਬਾਰਾ ਆ ਰਿਹਾ ਹੈ ਖਾਲਿਸਤਾਨੀ ਔਰ ਖਾਲਿਸਤਾਨ ਮੂਵਮੈਂਟ ਦਾ ਕੈਨੇਡਾ ਔਰ ਇੰਡੀਆ ਦੇ ਪੋਲੀਟੀਕਲ ਬਾਇਲੈਟਰਲ ਰਿਲੇਸ਼ਨਸ਼ਿਪਸ ਦਾ ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗਾ, ਅਕਾਲੀ ਦਲ ਦੀ ਵੀ ਇਹ ਪਾਲਸੀ ਹੈ, ਨਾ ਉਹ ਖਾਲਿਸਤਾਨ ਦੀ ਗੱਲ ਕਰਦੇ ਹਨ ਨਾ ਖਾਲਿਸਤਾਨ ਦੇ ਹੱਕ ਵਿੱਚ ਹੈਗੇ। ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਹਨ ਉਹਨਾਂ ਨੂੰ ਸਰਕਾਰ ਪਕੜੇ, ਭਾਵੇਂ ਇਸ ਇੰਡੀਆ ਦੀ ਸਰਕਾਰ ਹੈ ਭਾਵੇਂ ਕਨਾਡਾ ਦੀ ਸਰਕਾਰ ਹੈ, ਕਿਉਂ ਨਹੀਂ ਪਕੜਦੀ? ਵੀ ਪੁੰਨੂ ਵਰਗਾ ਬੰਦਾ ਜਿਹਦੇ ਸਿਰ 'ਤੇ ਕੇਸ ਨਹੀਂ ਹੈਗੇ, ਜਿਹਦੀ ਦਾੜੀ ਕੱਟੀ, ਉਹ ਖਾਲਿਸਤਾਨ ਦੀ ਗੱਲ ਕਰਦਾ ਹੈ। ਔਰ ਉਹ ਕਿੱਥੇ ਦੀ ਕਰਦਾ? ਕਰੇ ਉੱਥੇ ਕਨਾਡਾ ਦੇ ਵਿੱਚ ਜਿਤਨਾ ਮਰ ਢੋਲ ਲੈ ਕੇ ਕਰੇ, ਖਾਲਿਸਤਾਨ ਕਰਦਾ ਰਹੇ, ਮਗਰ ਇੰਡੀਆ ਦੇ ਵਿੱਚ ਜੋ ਕੋਈ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗਾ। ਅਸੀਂ ਕਨਾਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਖਾਲਿਸਤਾਨ ਦੇ ਜਿਹੜੇ ਉੱਥੇ ਲੋਕ ਹਨ ਉਹਨਾਂ ਨੂੰ ਬਾਹਰ ਕੱਢਿਆ ਜਾਏ, ਔਰ ਜਿਹੜੇ ਇੰਡੀਆ ਤੋਂ ਨੱਸ ਕੇ ਗਏ ਉਹਨਾਂ ਨੂੰ ਇੰਡੀਆ ਨੂੰ ਹਵਾਲੇ ਕੀਤਾ ਜਾਏ। ਉਹ ਕਿਉਂ ਇਤਨਾ ਫੈਲਾ ਰਹੇ ਹਨ? ਦੇਖੋ ਅੱਜ ਜਿੱਥੇ ਜਿੱਥੇ ਸਿੱਖ ਬੈਠਾ ਹੈ ਨਾ ਉਹਨੂੰ ਬਦਨਾਮ ਕੀਤਾ ਜਾ ਰਿਹਾ। ਉਹ ਖਾਲਿਸਤਾਨ ਦੀ ਗੱਲ ਕਰਦੇ ਨੇ, ਸਿੱਖ ਦੀ ਗੱਲ, ਸਿੱਖ ਕਿੱਥੇ ਖਾਲਿਸਤਾਨ ਮੰਗਦਾ ਪਿਆ? ਇਹ ਜਿਤਨੇ ਬੰਦੇ ਹੈਗੇ ਜਿਨ੍ਹਾਂ ਦੇ ਨਾਂ ਆਏ ਹਨ, ਜਿਨ੍ਹਾਂ ਦੇ ਪਕੜਨ ਦੀ ਹੈਗੀ, ਇਹਨਾਂ ਨੂੰ ਪਕੜਿਆ ਜਾਏ, ਉਹਨਾਂ ਦੇ ਸਿਰ 'ਤੇ ਪਗੜੀ ਹੈਗੀ ਹੈ ਉਹਨਾਂ ਦੇ, ਉਹ ਤਾਂ ਬਿਲਕੁਲ ਕੀ, ਉਹਨਾਂ ਦੇ ਕੋਈ ਸਿਰ 'ਤੇ ਕੇਸ ਨਹੀਂ ਹੈਗੇ, ਅਤੇ ਉਹ ਖਾਲਿਸਤਾਨ ਦੇ ਹੱਕ ਵਿੱਚ ਉਹਨਾਂ ਨੂੰ ਕੀ ਜ਼ਰੂਰਤ ਹੈ ਖਾਲਿਸਤਾਨ ਦੀ ਮੰਗ? ਉਹਦੇ ਖਾਲਸ ਹੈ ਹੀ ਨਹੀਂ, ਉਹ ਸਰਦਾਰ ਤਾਂ ਹੈ ਨਹੀਂ, ਮਗਰ ਇਹੋ ਜਿਹੀਆਂ ਗੱਲਾਂ ਕਰਕੇ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜੀ ਗੱਲ ਇਹ ਸਾਡੇ ਇੱਥੋਂ ਨਾ ਬੱਚੇ ਜੋ ਹਨ ਉਹ ਉੱਥੇ ਪੜ੍ਹਨ ਜਾਂਦੇ ਹਨ, ਉੱਥੇ ਆਪਣੀ ਪੜ੍ਹਾਈ ਵਾਸਤੇ ਉੱਥੇ 3-3 ਸਾਲ ਦੇ ਉਹਨਾਂ ਦੇ ਕੋਰਸ ਹੁੰਦੇ ਹਨ, ਕਰਦੇ ਹਨ। ਹੁਣ ਕਈ ਬੱਚੇ ਜੋ ਇੰਡੀਆ ਤੋਂ ਗਏ ਹਨ, ਪੰਜਾਬ ਤੋਂ ਗਏ ਹਨ, ਉਹਨਾਂ ਦੇ ਮਾਂ ਪਿਓ ਇਸ ਟਾਈਮ ਇਤਨੇ ਡਰੇ ਹੋਏ ਹਨ ਕਿ ਕਨਾਡਾ ਅਤੇ ਭਾਰਤ ਸਰਕਾਰ ਦੇ ਵਿੱਚ ਆਪਣ ਕਲੈਸ਼ ਜਿਹੜਾ ਖਾਲਿਸਤਾਨੀਆਂ ਦੇ ਪਿੱਛੇ ਹੋ ਰਿਹਾ, ਇਹਨੂੰ ਕਿਸੇ ਕੀ ਰੋਕਿਆ ਜਾਏ। ਔਰ ਫਿਰ ਕੀ ਹੋਇਆ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਵੀਜ਼ਾ ਹੈ ਪਾਸਪੋਰਟ ਉਹ ਵੀ ਬੰਦ ਕੀਤੇ ਜਾਣਗੇ। ਹੁਣ ਕਈ ਲੋਕ ਉੱਥੇ ਪੁਰਾਣੇ ਗਏ ਹਨ ਜਿਹੜੇ ਰਹਿੰਦੇ ਹਨ, ਸਾਡੇ ਜਿਹੜੇ ਕਥਾਵਾਚਕ ਹੈਗੇ ਦੂਸਰੇ ਲੋਕ ਉਹ ਉੱਥੇ ਗਏ ਹਨ, ਉਹ ਉੱਥੇ ਫਸ ਗਏ ਹਨ। ਅਸੀਂ ਇਹ ਚਾਹਾਂਗੇ, ਅਸੀਂ ਫਿਰ ਵਾਰ ਵਾਰ ਕਹਿੰਦੇ ਹਾਂ ਅਸੀਂ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗੇ। ਅਸੀਂ ਅੱਜ ਵੀ ਕਹਿੰਦੇ ਪਿਆ, ਅਸੀਂ 1984 ਦਾ ਜੋ ਪਛਤਾਪ ਹੋਇਆ, ਜੋ ਅਸੀਂ ਦੇਖਿਆ ਹੈ, ਉਹ ਅਸੀਂ ਭੁੱਲ ਨਹੀਂ ਸਕਦੇ। ਇਹ ਲੋਕ ਜਿਹੜੇ ਹਨ ਇਹ ਐਸੀ ਗੱਲ ਕਰਕੇ ਇਹ ਸਿੱਖਾਂ ਨੂੰ ਫਿਰ ਬਣਵਾਉਣਾ ਚਾਹੁੰਦੇ ਹਨ। ਇਹ ਦੱਸਣ ਇਹ ਲੋਕ ਪੁੰਨੂ ਨੂੰ ਤਾਂ ਹਰ ਕੀਮਤ 'ਤੇ ਫਾਂਸੀ 'ਤੇ ਫੰਦੇ 'ਚ ਦੇਣਾ ਚਾਹੀਦਾ ਇਹਨੂੰ। ਇਹ ਕਨਾਡਾ ਦੀ ਸਰਕਾਰ ਅਗਰ ਸਹੀ ਹੈ, ਪੁੰਨੂ ਨੂੰ ਜੋ ਹੈ ਭੇਜੇ ਇੰਡੀਆ ਵਾਪਸ, ਔਰ ਦੇਸ਼ ਦੇ ਹਵਾਲੇ ਕਰੇ, ਭਾਰਤ ਵਰਸ਼ ਦੇ ਹਵਾਲੇ ਕਰੇ, ਤਾਂ ਕਿ ਇਹਨੂੰ ਇਹ ਸਜ਼ਾ ਦਿੱਤੀ ਜਾਵੇ, ਸਾਰੀ ਜ਼ਿੰਦਗੀ 'ਚ ਅੰਦਰ ਰਹੇ। ਪੁੰਨੂ ਹੈ ਕੌਣ ਹੈ? ਉਹ ਦੱਸੇ ਤਾਂ ਸਹੀ, ਇੱਥੇ ਆ ਕੇ ਉੱਥੇ ਬਿਆਨ ਦਿੰਦਾ ਹੈ, ਮੈਂ ਕਦੇ ਕਹਿੰਦਾ ਮੈਂ ਬੰਗਲਾ ਸਾਹਿਬ ਅਰਦਾਸ ਕਰਾਂਗਾ, ਕਦੇ ਕਹਿੰਦਾ ਮੈਂ ਪੰਜਾਬ ਜਾ ਕੇ ਅਰਦਾਸ ਕਰਾਂਗਾ। ਇਹ ਸਾਰੀਆਂ ਗੱਲਾਂ ਹੈ ਜਿਹੜੀਆਂ ਗਲਤ ਹੈਗੀਆਂ ਹਨ, ਇਹ ਭੜਕਾਊ ਕਰਦੇ ਪਏ ਹਨ, ਇਹ ਦੇਸ਼ ਦੇ ਵਿੱਚ ਅਰਜਕਤਾ ਫੈਲਾਉਣਾ ਚਾਹੁੰਦੇ ਹਨ। ਅਸੀਂ ਬਿਲਕੁਲ ਖਾਲਿਸਤਾਨ, ਮੈਂ ਖੁਦ ਕਹਿੰਦਾ ਕਿ ਖਾਲਿਸਤਾਨ ਮੁਰਦਾਬਾਦ ਹੈ, ਖਾਲਿਸਤਾਨ ਮੁਰਦਾਬਾਦ ਹੈ। ਅਤੇ ਮੈਂ ਵੀ ਤੁਹਾਡੇ ਨਾਲ ਇਹ ਪੁੱਛਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਭਾਰਤ ਸਰਕਾਰ ਦੇ ਨਾਲ ਅਤੇ ਜਿਹੜੀ ਕੈਨੇਡੀਅਨ ਗੌਰਮੈਂਟ ਹੈ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਇੱਕ ਰੋਡ ਮੈਪ ਬਣਾ ਕੇ ਕਿ ਕੋਈ ਸੁਲਾ ਨਿਕਲ ਜਾਏ, ਕੋਈ ਰਸਤਾ ਨਿਕਲ ਜਾਏ, ਕੀ ਐਫਰਟ ਡਾਲ ਰਹੀ ਹੈ? ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਹਨ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਨੇ, ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲੇ ਹਨ। ਉਹਨਾਂ ਨੂੰ ਉਹਨਾਂ ਨੇ ਕਿਹਾ ਬਈ ਜਿਹੜੇ ਉੱਥੇ ਬੱਚੇ ਗਏ ਹਨ ਜਾਂ ਪੰਜਾਬ ਦੇ ਜਿਹੜੇ ਲੋਕ ਹਨ ਜਾਂ ਜਿੱਥੇ ਜਿੱਥੇ ਸਿੱਖ ਰਹਿੰਦਾ ਹੈ, ਉਹ ਥੋੜ੍ਹਾ ਜਿਹਾ ਹੋਇਆ ਪਿਆ ਹੈ ਕਿ ਬਈ ਇਹ ਕਿਉਂ ਗੱਲ ਹੋ ਰਹੀ ਹੈ, ਇਹ ਕਿਉਂ ਆਪਸ ਵਿੱਚ ਤਕਰਾਰ ਹੋਇਆ, ਇਹਨੂੰ ਨਾ ਰੋਕਿਆ ਜਾਏ। ਔਰ ਜਿਹੜੇ ਇਸ ਟਾਈਮ ਬੱਚੇ ਉੱਥੇ ਪੜ੍ਹਨ ਜਾਂਦੇ ਹਨ, ਪੰਜਾਬ ਤੋਂ ਜ਼ਿਆਦਾ ਬੰਦੇ ਲੋਕ ਗਏ, ਕਿ ਇਹਨੂੰ ਰੋਕ ਕੇ ਇਹਦਾ ਕੋਈ ਹੱਲ ਨਿਕਾਲਿਆ ਜਾਏ। ਅਤੇ ਖਾਲਿਸਤਾਨ ਤਾਂ ਅਸੀਂ ਚਾਹੁੰਦੇ ਨਹੀਂ, ਇਹ ਖਾਲਿਸਤਾਨ ਦੀ ਉੱਥੇ ਰੌਲਾ ਪਾਏ। ਪੁੰਨੂ ਜਿਹੜਾ ਹੈਗਾ ਉਹ ਕਿਉਂ ਰੌਲਾ ਪਾਉਂਦਾ ਪਿਆ, ਖਾਲਿਸਤਾਨ ਦੀ ਗੱਲ ਕਿਉਂ ਕਰਦਾ ਪਿਆ?
इसी तरह हरसिमरत कौर बादल ने पार्लियामेंट दे विच काफ़ी शोर पाया सी इन्हां बारे कनाडा बारे भी ते जिहड़ा हुण होया उहदे बारे इन्हां ने अपना पार्लियामेंट दे विच जिहड़ी बयान दित्ता उन्होंने बयान पार्लियामेंट दे विच बयान भी दित्ता है। सरदार सुखबीर सिंह बादल लगातार कह रहे हैं प्रेस दे विच कह रहे हैं अकाली दल शांति चाहता है भावें वह जिथे जिथे सिख बैठा है पंजाब दे विच श्रोमणी गुरद्वारा प्रबंधक कमेटी अकाली दल हमेशा शांति चाहता है और जिथे भी सिख की कोई आवाज़ आएगी सिख दुखी होएगा उत्थे श्रोमणी अकाली दल और श्रोमणी गुरद्वारा प्रबंधक कमेटी है वह हमेशा तत्पर है जेडे सिखां नूं कोई नुकसान होंदा है उत्थे श्रोमणी गुरद्वारा कमेटी अकाली दल अपनी टीम भेजदा है। असीं सच्चे पातशाह अगे अरदास करदे हां कि सच्चे पातशाह श्रोमणी अकाली दल नूं ताकत दे हिम्मत दे उहदे प्रधान सरदार सुखबीर सिंह बादल नूं हिम्मत दे श्रोमणी गुरद्वारा प्रबंधक कमेटी नूं हिम्मत दे कि ताकि वह सिखां जिथे जिथे सिख बैठा है वह ठीक रहे अगर उन्हां नूं कुछ होंदा है ते ओ श्रोमणी अकाली दल ते श्रोमणी गुरद्वारा प्रबंधक कमेटी हर वक्त तत्पर हैगी है ओ जिथे भी कुछ होएगा ते श्रोमणी कमेटी और दिल्ली और श्रोमणी गुरद्वारा प्रबंधक कमेटी ते अकाली दल अपने नुमाइंदे भेजेगा। ते ए साडी अज खास गलबात सी कुलदीप सिंह बोदल जी दे नाल। ते अगर मैं कंक्लूड करना चाहां ते सब तो पहले दी गल है कि भई अगर जबलपुर कानपुर और बोकारो दे विच भी इंसाफ चाहिए है लीगल बैटल चाहिए है तो उहदे लई बड़ा जरूरी है कि सज्जन कुमार और जगदीश शैटलर का इत्थे कन्विक्शन होना ताकि जेड़े उत्थे विक्टिम्स हैं और विटनेसेस हैं उन्हां दे उत्ते नेगेटिव इंपैक्ट ना पड़े और वो आगे चल के दवाइयां देन तो पीछे हटे ना। और जेड़ा और दूजा मुद्दा जेड़ा कैनेडा का चल रहा है इंडिया का उहदे विच खालिस्तानी मूवमेंट नूं बिल्कुल ही निराकर करते हुए बोदल जी का कहना है कि भाई किसी भी तरीके की ऐसी एंटी नैशनल मूवमेंट या एंटी नैशनल बयान और सिखां नूं बदनाम करन दी कोशिश और अनरेस्ट करन दी कोशिश नहीं होनी चाहिए। तो श्रोमणी अकाली दल तो एस जी पी सी सारे समर्थन और सरकार दे दवान मिलके इन्हां दा एक सोल्यूशन दे विरुद्ध वर्क कर रहे हैं। तो आज दे लई इतना ही। वाहिगुरू जी का खालसा वाहिगुरू जी की फतह।